ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰੈਲੀ ਵਿੱਚ ਅੱਜ ਫਿਰ ਹੰਗਾਮਾ ਹੋ ਗਿਆ। ਅੱਜ ਸੰਗਰੂਰ ਵਿੱਚ ਉਹਨਾਂ ਨੂੰ ਲੋਕ ਰੋਗ ਦਾ ਸ਼ਿਕਾਰ ਹੋਣਾ ਪਿਆ। ਇੱਥੇ ਕੁਝ ਪੰਥਕ ਲੋਕਾਂ ਨੇ ਬਾਦਲ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਕਾਲੀ ਦਲ ਦੇ ਹਮਾਇਤੀਆਂ ਦੀ ਝੰਡੀਆਂ ਦਿਖਾਉਣ ਵਾਲਿਆਂ ਨਾਲ ਝੜਪ ਵੀ ਹੋਈ। ਪੁਲਿਸ ਕਾਫੀ ਸਮਾਂ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਤੇ ਫਿਰ 4 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ। ਕਾਲੀਆਂ ਝੰਡੀਆਂ ਦਿਖਾਉਣ ਵਾਲੇ ਲੋਕਾਂ ਦਾ ਕਹਿਣਾ ਹੈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦਾ ਕਰਕੇ ਮੁੱਖ ਮੰਤਰੀ ਬਾਦਲ ਨੂੰ ਝੰਡੀਆਂ ਦਿਖਾ ਰਹੇ ਸਨ। ਬਾਦਲ ਨੇ ਰੈਲੀ ਦੌਰਾਨ ਕਿਹਾ ਹੈ ਕਾਲੀਆਂ ਝੰਡੀਆਂ ਦਾ ਸਾਡੇ ਤੇ ਕੋਈ ਅਸਰ ਨਹੀਂ ਹੈ, ਅਸੀਂ ਪੰਜਾਬ ਨੂੰ ਬਚਾਉਣ ਦੀ ਲੜਾਈ ਲੜਦੇ ਰਹਾਂਗੇ। ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ ਇਹਨਾਂ ਦੇ ਰਾਜ ਦੇ ਵਿੱਚ, ਉਹਨਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ। ਅਸੀਂ ਹੁਣ ਤੱਕ ਫੜੇ ਨਹੀਂ ਗਏ, ਜਿੰਨੀ ਦੇਰ ਫੜੇ ਨਹੀਂ ਜਾਂਦੇ ਅਸੀਂ ਇਹਨਾਂ ਦਾ ਮੁਕੰਮਲ ਬਾਈਕਾਟ ਕਰਦੇ ਹਾਂ, ਅਸੀਂ ਇਹਨਾਂ ਦਾ ਹਰ ਥਾਂ ਤੇ ਬਾਈਕਾਟ ਕਰਾਂਗੇ। ਇੱਕ ਸੁਧੀ ਹੈ ਸਾਡੇ ਦੇਸ਼ ਦੀ, ਅਸੀਂ ਜਾਤੀਆਂ 'ਚ ਪਏ, ਅਸੀਂ ਪੰਜਾਬ ਦੇ ਭਲੇ ਦੀ ਗੱਲ, ਪੰਜਾਬ ਦਾ ਭਲਾ ਕੋਈ ਮਜੀਠੀਆ ਨਹੀਂ, ਕੋਈ ਸਿੱਧੂ ਨਹੀਂ, ਪੰਜਾਬ ਦਾ ਭਲਾ ਇੱਛਾ ਇੱਥੇ ਕਿਹੜੀ ਪਾਰਟੀ ਸਰਕਾਰ ਆਵੇ, ਜਿਹੜੀ ਅਮਨ ਸ਼ਾਂਤੀ ਭਾਈਚਾਰਕ ਸਾਂਝ ਅਤੇ ਡਿਵੈਲਪਮੈਂਟ। ਸੰਗਰੂਰ ਤੋਂ ਅਨਿਲ ਜੈਨ, ਖਬਰ ਹਰਪਲ ਇੰਡੀਆ ਲਈ।